माथे तिलक हाथ माला बाना लोगन राम खिलौना जाना माथे तिलक हाथ माला बाना Thank you.
ने फल से जाना लोगन राम
खिलो ना जा माते तिलक रत माला पाना लोग निराम खिलो बर्मन करमन सब भोकट नेचो करमन को नानक नेचो ध्यावे बिन सतगुर वाट न पावे माथे तिलक हथ माला पाना तिलक रत माला पाना लोग निराम खिलो ना जा कबीर अवरा को उपदेश के मुख में पर है रेत रास विदानी खाए के रास विदानी राख के खाया घर का खेत कबीर जी इच्छा विच उना पेखियां नू निंद रहे हन
ਜਿਨ੍ਹਾਂ ਨੇ ਪੇਖ ਤਾਂ ਸਾਧੂਆਂ ਦਾ ਪਾਇਆ ਹੈ ਪਰ ਮਨ ਵਿੱਚ ਠੱਗੀ ਹੈ ਮਨ ਵਿੱਚ ਇਹ ਹੈ ਕਿ ਕੋਈ ਆ ਕੇ ਫਸੇ ਧਨ ਦੌਲਤ ਪ੍ਰਤਿਸ਼ਠਾ ਸਾਨੂੰ ਪ੍ਰਾਪਤ ਹੋ ਜਾਵੇ ਕਲਗੀਧਰ ਪਾਤਸ਼ਾਹ ਵੀ ਐਸੇ ਭੇਖੀਆਂ ਲਈ ਦੱਸਦੇ ਹਨ ਕਿ ਕਿੰਨੀ ਵੱਡੀ ਸਜ਼ਾ ਉਹਨਾਂ ਲਈ ਨਿਰੰਕਾਰ ਨੇ ਰੱਖੀ ਹੈ ਕਿ ਜਿਹੜੇ ਪੇਖ ਦਿਖਾਏ ਜਗਤ ਕੋ ਲੋਗਨ ਕੋ ਬਸ਼ਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕਮ ਦੀ ਪੇਖ ਤਾਂ ਹੈ ਸਾਧੂਆਂ ਵਾਲਾ ਪੇਖ ਤਾਂ ਹੈ ਗੁਰਮੁਖਾਂ ਵਾਲਾ ਪਰ ਕੰਮ ਮਨਮੁੱਖਾਂ ਤੋਂ ਵੀ ਭੈੜੇ ਹਨ ਪੇਖ ਸਾਧੂਆਂ ਵਾਲਾ ਹੈ ਪਰ ਮਨ ਵਿੱਚ ਲੋਭ ਹੈ ਫਾਹੀ ਸੁਰਤ ਮਲੂਕੀ ਵੇਸ਼ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਫਾਹੀ ਲਾਈ ਬੈਠਾ ਬਈ ਕੋਈ ਫਸੇ ਆ ਕੇ ਪਰ ਵੇਸ਼ ਵੇਖੀਏ ਤਾਂ ਬੜਾ ਮਲੂਕੀ ਹੈ ਬੜਾ ਸਾਧੂਆਂ ਵਾਲਾ ਹੈ ਬੜਾ ਗੁਰਮੁਖਾਂ ਵਾਲਾ ਵੇਖ ਹੈ ਇੱਕ ਪੇਖੀ ਸਾਧੂ ਬੈਠਾ ਨਦੀ ਕਿਨਾਰੇ ਤੇ ਨਾਲ ਇੱਕ ਚੇਲਾ ਵੀ ਬਿਠਾਇਆ ਕੋਈ ਧਨੀ ਪੁਰਸ਼ ਇਸ਼ਨਾਨ ਕਰਕੇ ਨਦੀ ਤੋਂ ਬਾਹਰ ਆਇਆ ਵਸਤਰ ਪਾਏ ਵੇਖਿਆ ਬਈ ਸਾਧੂ ਬੜੀ ਬਿਰਤੀ ਲਾਈ ਬੈਠਾ ਭਗਵਾਨ ਦੇ ਚਰਨਾਂ ਨਾਲ ਤਾਂ ਉਸਨੇ ਚਾਂਦੀ ਦੇ 5 ਰੁਪਈਏ ਉਸਦੇ ਗਡਵੇ ਵਿੱਚ ਪਾਏ ਪਾ ਕੇ ਚਲਾ ਗਿਆ ਬਾਅਦ ਵਿੱਚ ਉਹ ਭੇਖੀ ਸਾਧੂ ਨੇ ਜਦੋਂ ਅੱਖਾਂ ਖੋਲੀਆਂ ਕਿਉਂਕਿ ਉਸਦੇ ਚੇਲੇ ਨੇ 1 ਰੁਪਈਆ ਵਿੱਚੋਂ ਕੱਢ ਲਿਆ ਆਪਣੀ ਜੇਬ ਵਿੱਚ ਪਾ ਲਿਆ ਤੇ ਸਾਧੂ ਨੂੰ 4 ਰੁਪਈਏ ਜਦੋਂ ਦਿੱਤੇ ਨਾ ਬਈ ਮਹਾਰਾਜ ਇਹ ਹੀ ਆਏ ਹਨ ਤਾਂ ਕਹਿਣ ਲੱਗਾ ਮਹਾਰਾਜ ਸਾਧੂ ਕਹਿਣ ਲੱਗਾ ਭਾਈ ਖੜਕਾ 5 ਦਾ ਆਇਆ ਸੀ ਤੇ ਤੂੰ 4 ਕਿਵੇਂ ਦੇ ਰਿਹਾ ਉਚਾਰਨ ਕਰੋ ਸ੍ਰੀ ਖੜਕਾ 5 ਦਾ ਆਇਆ ਕਿਉਂਕਿ ਬਿਰਤੀ ਨਹੀਂ ਜੁੜੀ ਹੋਈ ਛਿਲ ਪੂਜਸ ਬਗਲ ਸਮਾਧਨ ਸਮਾਧੀ ਲਾਈ ਬੈਠਾ ਪਰ ਧਿਆਨ ਜਿਵੇਂ ਬਗਲਾ 1 ਲੱਤ ਤੇ ਖੜੋਤਾ ਹੁੰਦਾ ਪਰ ਧਿਆਨ ਉਹਦਾ ਮੱਛੀ ਵੱਲ ਹੁੰਦਾ ਕਿ ਮੇਰਾ ਇਤਬਾਰ ਵੀ ਬਣਿਆ ਰਵੇ ਬਗਲਾ ਕਦੀ ਵੀ ਮੱਛੀ ਜਦੋਂ ਝੁੰਡ ਲੰਘ ਜਾਂਦਾ ਤੇ ਅਖੀਰਲੀ ਮੱਛੀ ਨੂੰ ਪਕੜ ਲੈਂਦਾ ਬਈ ਮੇਰਾ ਮਾਣ ਤਾਨ ਵੀ ਬਰਿਆ ਰਵੇ ਉਚਾਰਨ ਕਰੋ ਸ੍ਰੀ ਵਾਹਿਗੁਰੂ ਇਸੇ ਤਰ੍ਹਾਂ ਇਹ ਸਾਧੂ ਵੀ ਚੇਲੇ ਨੇ ਰੁਪਈਏ ਕੱਢ ਕੇ ਜੇਬ ਵਿੱਚ ਪਾਏ ਕਿਉਂ ਬਾਈ ਕੋਈ ਰੁਪਈਏ ਆਏ ਸਨ ਤੇ 4 ਜਦੋਂ ਦੇਣ ਲੱਗਾ ਕਹਿਣ ਲੱਗਾ ਬੇਟਾ ਖੜਕਾ 5 ਕਾ ਆਇਆ ਹੈ ਤੇ ਦੇ 4 ਰਹੇ ਤੂੰ ਐਸੇ ਸਾਧੂਆਂ ਨੂੰ ਕਬੀਰ ਜੀ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ
ਐਸੇ ਮਨੁੱਖਾਂ ਲਈ ਗੁਰੂ ਕੀ ਬਾਣੀ ਕਹਿ ਰਹੀ ਹੈ, ਗੱਜ ਸਾਢੇ ਤਰੇ ਤਰੇ ਧੋਤੀਆਂ ਤੇਰੇ ਪਾਣ ਤਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਾ ਪੱਗ, ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਮਨ ਵਿੱਚ ਠੱਗੀ ਹੈ, ਭੇਖ ਸਾਧੂਆਂ ਦਾ ਹੈ। ਇਸ ਲਈ ਕਬੀਰ ਜੀ ਕਹਿ ਰਹੇ ਹਨ, ਐਸੇ ਸਾਧੂਆਂ ਦਾ ਕਦੇ ਵੀ ਪਾਰ ਉਤਾਰਾ ਨਹੀਂ ਹੋ ਸਕਦਾ। ਮਾਥੇ ਤਿਲਕ ਹੱਥ ਮਾਲਾ ਪਾਣਾ, ਲੋਕ ਨਿਰਾਮ ਖਿਲੋ ਨਾ ਜਾਣਾ। ਮਾਥੇ ਤਿਲਕ ਹੱਥ ਮਾਲਾ ਪਾਣਾ, ਲੋਕ ਨਿਰਾਮ ਖਿਲੋ ਨਾ ਸਮਝਦੇ ਹਨ ਬਈ ਸ਼ਾਇਦ ਭੇਖ ਧਾਰਨ ਕਰਨ ਨਾਲ ਹੀ ਸਾਨੂੰ ਰੱਬ ਦੀ ਪ੍ਰਾਪਤੀ ਹੋ ਜਾਏਗੀ, ਪਰ ਨਿਰੰਕਾਰ ਦੀ ਪ੍ਰਾਪਤੀ ਲਈ ਤਾਂ ਬਾਈ ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਬਿਨਾਂ ਭਜਨ ਤੋਂ, ਬਿਨਾਂ ਮਨ ਕਰਕੇ ਸਿਮਰੇ ਤੋਂ ਕਿਵੇਂ ਪ੍ਰਾਪਤੀ ਹੋ ਸਕਦੀ ਹੈ? ਉਹਨਾਂ ਭੇਖੀ ਸਾਧੂਆਂ ਨਾਲੋਂ ਜਿਹੜੇ ਆਪਣੇ ਭੇਖ ਦਾ ਵੀ ਖਿਆਲ ਨਹੀਂ ਕਰਦੇ, ਪਾਖੰਡ ਬਣਾਈ ਫਿਰਦੇ ਹਨ, ਠੱਗੀਆਂ ਮਾਰ ਰਹੇ ਹਨ, ਉਹਨਾਂ ਨਾਲੋਂ ਤਾਂ ਬਹਿ ਰੂਪੀਆ ਚੰਗਾ ਹੈ ਕਿ ਬਹਿ ਰੂਪੀਏ ਨੇ ਸਾਧੂ ਦੇ ਭੇਖ ਨੂੰ ਲੱਜਿਆ ਨਹੀਂ ਲੱਗਣ ਦਿੱਤੀ। ਸਾਡਾ ਮੁੱਖ, ਸਾਡਾ ਚਿਹਰਾ, ਸਾਡਾ ਲਿਬਾਸ ਤਾਂ ਸਾਧੂਆਂ ਗੁਰਮੁੱਖਾਂ ਸਤਪੁਰਸ਼ਾਂ ਵਾਲਾ ਹੁੰਦਾ, ਪਰ ਅਸੀਂ ਕਦੇ ਆਪਣੇ ਭੇਖ ਦਾ ਵੀ ਖਿਆਲ ਨਹੀਂ ਕਰਦੇ ਬਈ ਇਹ ਭੇਖ ਕਿਹਦਾ ਹੈ ਤੇ ਕਰਮ ਕਿਹੋ ਜਿਹੇ ਕਰ ਰਹੇ। ਇੱਕ ਰਾਜੇ ਦੇ ਪਾਸ ਬਹਿਰੂਪੀਆ ਆਇਆ ਇਨਾਮ ਲੈਣ ਲਈ। ਰਾਜਾ ਕਹਿਣ ਲੱਗਾ, ਭਾਈ ਗੱਲ ਇਹ ਹੈ ਬਈ ਤੂੰ ਇਨਾਮ ਤਾਂ ਲੈ ਹੀ ਜਾਂਦਾ ਕਦੇ ਕੁਝ ਬਣ ਕੇ ਕਦੇ ਕੁਝ ਬਣ ਕੇ, ਪਰ ਪਹਿਚਾਣ ਹੋ ਜਾਂਦੀ ਹੈ ਤੇਰੀ। ਕਦੇ ਕੋਈ ਐਸਾ ਭੇਖ ਬਣਾ ਕਿ ਮੈਂ ਵੀ ਤੈਨੂੰ ਨਾ ਪਹਿਚਾਣ ਸਕਾਂ। ਤਾਂ ਬਹਿਰੂਪੀਏ ਨੇ ਇੱਕ ਸਾਧੂ ਦਾ ਭੇਖ ਧਾਰਨ ਕੀਤਾ ਤੇ ਬੈਠ ਗਿਆ ਰਾਜੇ ਦੇ ਬਾਗ ਵਿੱਚ
ਉਸ ਨਿਰੰਕਾਰ ਦੀ ਯਾਦ ਵਿੱਚ ਜੁੜ ਗਿਆ। ਕੋਈ ਆਉਂਦਾ ਮਾਇਆ ਰੱਖ ਜਾਂਦਾ, ਮੱਥਾ ਟੇਕ ਜਾਂਦਾ, ਕੋਈ ਚੁੱਕ ਕੇ ਲੈ ਜਾਂਦਾ। ਇਹ ਆਪਣਾ ਚੌਕੜਾ ਲਾਇਆ ਹੋਇਆ, ਜੁੜਿਆ ਹੋਇਆ। ਕੋਈ ਬਸਤਰ ਪਾ ਜਾਂਦਾ ਉੱਪਰ, ਕੋਈ ਲਹਾ ਜਾਂਦਾ, ਇਸ ਨੂੰ ਕੋਈ ਸੁਰਤ ਨਹੀਂ। ਕੋਈ ਦੇ ਜਾਂਦਾ, ਕੋਈ ਚੁੱਕ ਜਾਂਦਾ। ਜਦੋਂ ਐਸੀ ਬੈਰਾਗ ਔਰ ਤਿਆਗ ਮੂਰਤੀ ਵੇਖੀ ਤਾਂ ਲੋਕ ਇਕੱਠੇ ਹੋਣ ਲੱਗੇ, ਸਤਸੰਗਤ ਹੋਣ ਲੱਗੀ, ਮਾਈ ਭਾਈ ਆ ਕੇ ਜੁੜਨ ਲੱਗੇ। ਰਾਜੇ ਦੇ ਅਹਿਲਕਾਰਾਂ ਨੂੰ ਪਤਾ ਲੱਗਿਆ ਬਈ ਇੱਕ ਤਿਆਗ ਦੀ ਮੂਰਤ ਮਹਾਂਪੁਰਖ ਬਾਗ ਵਿੱਚ ਆ ਕੇ ਉਤਰੇ ਹਨ, ਜਿਨ੍ਹਾਂ ਨੂੰ ਕੋਈ ਸੁਧ ਨਹੀਂ ਹੈ, ਇੱਕ ਨਿਰੰਕਾਰ ਨਾਲ ਜੁੜੇ ਹੋਏ ਹਨ। ਉਹਨਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਤੇ ਰਾਜੇ ਅੱਗੇ ਤਾਰੀਫ ਕੀਤੀ, ਰਾਜਨ ਆਪ ਬੜੇ ਭਾਗਸ਼ੀਲ ਹੋ, ਤੁਹਾਡੇ ਬਾਗ ਵਿੱਚ ਇੱਕ ਐਸਾ ਤਿਆਗ ਦੀ ਮੂਰਤ ਮਹਾਂਪੁਰਖ ਆਇਆ ਹੈ। ਕੋਈ ਕੀਮਤੀ ਵਸਤੂਆਂ ਰੱਖ ਜਾਂਦਾ, ਕੋਈ ਚੁੱਕ ਜਾਂਦਾ, ਉਹਦੇ ਮਨ ਤੇ ਕੋਈ ਪ੍ਰਭਾਵ ਨਹੀਂ ਹੈ। ਚੰਗਾ ਤਾਂ ਹੈ ਆਪ ਵੀ ਚਲੋ ਐਸੇ ਤਿਆਗ ਦੀ ਮੂਰਤ ਦੇ ਦਰਸ਼ਨ ਕਰੋ ਜਾ ਕੇ। ਰਾਜੇ ਦੇ ਮਨ ਵਿੱਚ ਵੀ ਪ੍ਰੇਰਨਾ ਉੱਠੀ, ਚਲੋ ਭਾਈ ਐਸੇ ਮਹਾਂਪੁਰਖ ਦੇ ਦਰਸ਼ਨ ਕਰਨੇ ਚਾਹੀਦੇ ਹਨ, ਐਸੇ ਸਾਧੂਆਂ ਦੇ ਚਰਨਾਂ ਦੀ ਤੂੜੀ ਲੈਣੀ ਚਾਹੀਦੀ ਹੈ। ਤਾਂ ਰਾਜਾ ਬੜੇ ਪਿਆਰ ਸ਼ਰਧਾ ਦੇ ਨਾਲ, ਸਿਦਕ ਦੇ ਨਾਲ ਇੱਕ ਥਾਲ ਵਿੱਚ ਹੀਰੇ ਮੋਤੀ ਜਵਾਹਰਾਤ ਪਾ ਲਏ ਤੇ ਇਸ ਸਾਧੂ ਦੇ ਪਾਸ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਆ ਤਿਲ ਫੁੱਲ ਮੇਰਾ ਪ੍ਰਵਾਨ ਕਰੋ, ਮੇਰੇ ਰਾਜ ਵਿੱਚ ਆਪ ਆਏ ਹੋ, ਜੀਵ ਆਇਆ ਜਿਤਨੇ ਕਦਮ ਰੱਖੇ ਮੇਰੇ ਸਿਰ ਮੱਥੇ। ਤਾਂ ਇਸ ਸਾਧੂ ਨੇ ਆਖਿਆ, ਰਾਜਨ ਇਹ ਲੈ ਜਾ, ਇਹ ਪੱਥਰ ਸਾਡੇ ਕਿਸੇ ਕੰਮ ਨਹੀਂ ਹਨ। ਰਾਜੇ ਨੇ ਬੜੀਆਂ ਮਿੰਨਤਾਂ ਕੀਤੀਆਂ, ਤਰਲੇ ਕੀਤੇ, ਨੱਕ ਰਗੜੇ, ਭਾਈ ਮਹਾਰਾਜ ਮੇਰਾ ਖਜ਼ਾਨਾ, ਮੇਰਾ ਧਨ ਦੌਲਤ, ਮੇਰਾ ਰਾਜ ਕਿਵੇਂ ਸਫਲ ਹੋਵੇ? ਜੇ ਆਪ ਇਹ ਪ੍ਰਵਾਨ ਕਰ ਲਓ ਤਾਂ ਮੇਰਾ ਸਭ ਕੁਝ ਸਫਲ ਹੋ ਜਾਏਗਾ। ਇਹ ਸਾਧੂ ਕਹਿਣ ਲੱਗਾ, ਰਾਜਨ ਮਹਾਂਪੁਰਖਾਂ ਦਾ ਬਚਨ ਨਹੀਂ ਮੋੜੀਦਾ, ਇਹ ਲੈ ਜਾ, ਇਹ ਪੱਥਰ ਸਾਡੇ ਕਿਸੇ ਕੰਮ ਨਹੀਂ ਹਨ। ਰਾਜੇ ਨੇ ਉਹ ਥਾਲ ਚੁੱਕ ਲਿਆ, ਪ੍ਰਸੰਨਤਾ ਲੈ ਕੇ ਜਦੋਂ ਜਾ ਰਿਹਾ ਸੀ ਰਾਜਾ, ਤਾਂ ਪਿੱਛੋਂ ਇਸ ਬਹਿ ਰੂਪੀਏ ਨੇ ਸਾਧੂ ਦਾ ਭੇਖ ਉਤਾਰ ਕੇ, ਬਸਤਰ ਉਤਾਰ ਕੇ, ਆਮ ਬਸਤਰ ਪਹਿਨ ਕੇ ਜਿਵੇਂ ਅੱਗੇ ਪਾਉਂਦਾ ਸੀ ਬਹਿਰੂਪੀਆ, ਉਸ ਤਰ੍ਹਾਂ ਦੇ ਬਸਤਰ ਪਹਿਨ ਕੇ ਤੇ ਜਾ ਕੇ ਅੱਗੇ ਜਾ ਟਕਰਿਆ ਰਾਜੇ ਨੂੰ, ਰਾਜਨ ਮੇਰਾ ਇਨਾਮ। ਰਾਜਾ ਹੈਰਾਨ ਹੋ ਗਿਆ, ਹੈ ਉਹ ਤੂੰ ਸੈਂ ਜਿਸ ਨੇ ਇੱਕ ਤਿਆਗ ਦੀ ਮੂਰਤ ਇੱਕ ਸਾਧੂ ਦੇ ਪਾਠ ਨੂੰ ਅਦਾ ਕੀਤਾ, ਉਹ ਤੂੰ ਸੈਂ? ਜੀ ਮਹਾਰਾਜ, ਮੈਂ ਹੀ ਸਾਂ। ਤੁਸੀਂ ਹੁਕਮ ਕੀਤਾ ਸੀ ਦਾ
ਕਿ ਕੋਈ ਐਸਾ ਭੇਖ ਬਣਾ ਜਿਸ ਵਿੱਚ ਮੈਂ ਵੀ ਤੈਨੂੰ ਪਹਿਚਾਨ ਨਾ ਸਕਾਂ। ਤਾਂ ਰਾਜਾ ਕਹਿਣ ਲੱਗਾ, ਲੱਖਾਂ ਦੇ ਹੀਰੇ ਮੈਂ ਤੈਨੂੰ ਦੇ ਰਿਹਾ ਸਾਂ, ਜਵਾਹਰਾਤ ਦੇ ਰਿਹਾ ਸਾਂ, ਤੂੰ ਲੈ ਜਾਂਦੋ। ਤੇਰੀਆਂ ਸੱਤ ਪੁਸ਼ਤਾਂ ਤੱਕ ਇਹ ਧਨ ਨਹੀਂ ਸੀ ਮੁੱਕਦਾ, ਤੇ ਤੂੰ ਇਹ ਛੱਡ ਕੇ ਤੇ ਇਨਾਮ ਬਖਸ਼ਿਸ਼ ਮੰਗ ਰਿਹਾ। ਤਾਂ ਬੈਰੂਪੀਏ ਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗਾ, ਰਾਜਨ, ਅੱਜ ਅਗਰ ਮੈਂ ਸਾਧੂ ਦੇ ਭੇਖ ਵਿੱਚ, ਇੱਕ ਤਿਆਗੀ ਬੈਰਾਗੀ ਦੇ ਭੇਖ ਵਿੱਚ ਅਗਰ ਮੈਂ ਤੇਰੇ ਪਾਸੋਂ ਭੇਟਾ ਲੈ ਲੈਂਦਾ ਨਾ, ਤਾਂ ਸਾਰੇ ਸਾਧੂ ਸਮਾਜ ਨੂੰ ਕਲੰਕ ਲੱਗ ਜਾਣਾ ਸੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਲੋਕਾਂ ਨੇ ਕਹਿਣਾ ਸੀ, ਬਈ ਸਾਰੇ ਸਾਧੂ ਹੀ ਪਖੰਡੀ ਹੁੰਦੇ ਆ। ਤੋ ਐਸੇ ਵੀ ਮਹਾਂਪੁਰਖ ਸੰਸਾਰ ਤੇ ਐਸੇ ਵੀ ਹਨ ਜਿਹੜੇ ਭੇਖ ਦੀ ਲੱਜਿਆ ਰੱਖਦੇ ਹਨ, ਭੇਖ ਦਾ ਖਿਆਲ ਰੱਖਦੇ ਹਨ ਕਿ ਕੋਈ ਮੇਰੇ ਗੁਰੂ ਵੱਲ, ਕੋਈ ਮੇਰੇ ਭੇਖ ਵੱਲ ਉਂਗਲੀ ਨਾ ਕਰੇ। ਤੋ ਉਹਨਾਂ ਪਖੰਡੀ ਸਾਧੂਆਂ ਤੋਂ ਤਾਂ ਬਹਿਰੂਪੀਆ ਚੰਗਾ ਹੈ। ਮਹਾਂਪੁਰਖ ਕਿਹਾ ਕਰਦੇ ਸਨ, ਗੁਰਮੁਖੋ ਗੁਰਸਿੱਖੋ, ਭੇਖ ਗੁਰਸਿੱਖ ਦਾ ਹੋਵੇ ਤੇ ਕੰਮ ਸਾਡੇ ਮਾੜੇ ਹੋਣ, ਭੇਖ ਗੁਰੂ ਕੇ ਸਿੱਖ ਦਾ ਹੋਵੇ, ਅਸੀਂ ਬਾਣੀ ਨਾਲ ਪਿਆਰ ਨਾ ਕਰੀਏ, ਅੰਮ੍ਰਿਤ ਵੇਲੇ ਜਾਗ ਕੇ ਨਿਤਨੇਮ ਨਾ ਕਰੀਏ, ਤਾਂ ਕਾਹਦੇ ਸਿੱਖ। ਭੇਖ ਸਾਡਾ ਸਿੱਖੀ ਵਾਲਾ ਹੋਵੇ, ਸਾਧੂਆਂ ਵਾਲਾ ਹੋਵੇ, ਤੇ ਵਿਹਾਰ ਸਾਡੇ ਸਾਕਤ ਪੁਰਸ਼ਾਂ ਨਾਲੋਂ ਵੀ ਭੈੜੇ ਹੋਣ, ਤਾਂ ਫਿਰ ਭੇਖ ਨੂੰ ਵੀ ਲੱਜਿਆ ਲੱਗਦੀ ਹੈ, ਗੁਰੂ ਨੂੰ ਵੀ ਉਂਗਲੀਆਂ ਕਰਦੇ ਹਨ ਲੋਕ। ਬਈ ਵੇਖੋ, ਫਲਾਣੇ ਦਾ ਸਿੱਖ, ਫਲਾਣੇ ਗੁਰੂ ਦਾ ਸਿੱਖ ਹੈ, ਤੇ ਕਰਮ ਇਹ ਕਰ ਰਿਹਾ ਸੀ। ਇਸ ਲਈ ਮਹਾਰਾਜ ਕਬੀਰ ਜੀ ਦਾ ਸ਼ਬਦ ਤੁਸੀਂ ਸ਼ਰਵਣ ਕਰ ਰਹੇ ਸੀ ਕਿ ਲੋਕ ਕਹੇ ਕਬੀਰ ਬੌਰਾਨਾ। ਲੋਕ ਕਹਿੰਦੇ ਨੇ ਇਹ ਬਾਵਰਾ ਹੋ ਗਿਆ, ਇਹ ਪਾਗਲ ਹੀ ਹੋ ਗਿਆ, ਪਤਾ ਨਹੀਂ, ਕਿਉਂਕਿ ਮੈਂ ਪਖੰਡ ਨਹੀਂ ਕਰ ਸਕਦਾ। ਮੈਂ ਕਦੇ ਵੀ ਪਖੰਡ ਦੀ ਪੂਜਾ ਨਹੀਂ ਕਰ ਸਕਦਾ, ਆਪ ਪਖੰਡ ਨਹੀਂ ਕਰ ਸਕਦਾ, ਇਹ ਤਾਂ ਮੇਰਾ ਨਿਰੰਕਾਰ ਜਾਣਦਾ, ਇੱਕ ਅਕਾਲ ਪੁਰਖ ਵਾਹਿਗੁਰੂ ਜਾਣਦਾ ਹੈ, ਹੋਰ ਕੋਈ ਨਹੀਂ ਜਾਣਦਾ ਕਿ ਕਬੀਰ ਤਾਂ ਇੱਕ ਨਾਮ ਦੇ ਨਾਲ, ਇੱਕ ਸਿਮਰਨ ਦੇ ਨਾਲ ਜੁੜਿਆ ਹੋਇਆ। ਲੋਕ ਕਹੇ ਕਬੀਰ ਬੌਰਾਨਾ, ਬੌਰਾਨਾ ਕਹਿੰਦੇ ਹਨ ਬਾਵਲੇ ਨੂੰ, ਪਾਗਲ ਨੂੰ। ਹੰਕਾਰੀ ਪੰਡਿਆਂ ਨੇ ਜਦੋਂ ਆ ਕੇ ਆਖਿਆ ਨਾ ਕਬੀਰ ਨੂੰ ਕਿ ਤੂੰ ਨਾ ਕੁਝ ਪੜ੍ਹਿਆ ਨਾ ਲਿਖਿਆ, ਤੂੰ ਤਾਂ ਬੌਰਾਨਾ ਹੀ ਹੋ ਗਿਆ, ਤਾਂ ਕਬੀਰ ਜੀ ਕਹਿੰਦੇ ਹਨ ਸਭ ਖਲਕ ਸਿਆਣੀ ਮੈਂ ਬੌਰਾ, ਮੈਂ ਬੌਰਾ ਹੀ ਸਹੀ, ਮੈਂ ਅਨਪੜ੍ਹ ਹੀ ਸਹੀ, ਮੈਂ ਇਹੋ ਜਿਹੀ ਵਿੱਦਿਆ ਨਹੀਂ ਪੜ੍ਹਨੀ ਜਿਹਦੇ ਨਾਲ ਮੈਂ ਆਪਣੇ ਗੁਰੂ ਨੂੰ, ਆਪਣੇ ਪਰਮੇਸ਼ਰ ਨੂੰ ਵੀ ਕੋਸ਼ਦਾ ਰਵਾਂ, ਬਈ ਇਹ ਗੱਲ ਠੀਕ ਹੈ ਤੇ ਇਹ ਠੀਕ ਨਹੀਂ। ਕਈ ਐਸੇ ਵੀ ਮਨੁੱਖ ਹਨ ਜਿਹੜੇ ਗੁਰੂ ਕੀ ਬਾਣੀ ਤੇ ਵੀ ਤਰਕ ਕਰਦੇ ਹਨ, ਪਰ ਯਾਦ ਰੱਖੋ, ਜਿਹੜਾ ਗੁਰੂ ਦੀ ਬਾਣੀ ਤੇ ਕਿੰਤੂ ਕਰ ਰਿਹਾ ਉਹ ਕਦੇ ਸਿੱਖ ਨਹੀਂ ਅਖਾ ਸਕਦਾ। ਸਿੱਖੀ ਦਾ ਸਰੂਪ ਜ਼ਰੂਰ ਹੈ, ਪਰ ਸਿੱਖਾਂ ਵਾਲੇ ਕਰਮ ਨਹੀਂ ਹਨ। ਇਸ ਲਈ ਮਹਾਰਾਜ ਕਹਿ ਰਹੇ ਹਨ, ਮਾਥੇ ਤਿਲਕ ਹੱਥ ਮਾਲਾ ਪਾਨਾ, ਲੋਗਨ ਰਾਮ ਖਿਲੋ ਨਾ ਜਾਣਾ। ਮਾਥੇ ਤਿਲਕ ਹੱਥ ਮਾਲਾ ਪਾਨਾ, ਲ
ਖਿਲੋਨਾ ਜਾ ਲੋਕ ਰਾਮ ਖਿਲੋ ਨਾ ਜਾ
ਖਿਲੋਨਾ ਲੋਗਨ ਰਾਮ ਖਿਲੋਨਾ ਜਾ ਮਾਥੇ ਤਿਲਕ ਹੱਥ ਮਾਲਾ ਬਣਨਾ ਕਿਵੇਂ ਕਬੀਰ ਜੀ ਨੇ ਪਖੰਡੀਆਂ ਦੀ ਝੂਠੇ ਪੇਖਾਂ ਦੀ ਕਿਵੇਂ ਨਿੰਦਿਆ ਕੀਤੀ ਹੈ ਕਬੀਰ ਜੀ ਨੂੰ ਕਹਿਣ ਲੱਗੇ ਲੋਕ ਕਹੇ ਕਬੀਰ ਬੋਰਾਨਾ ਉਹ ਕਬੀਰ ਤੂੰ ਤਾਂ ਬੋਰਾ ਹੀ ਹੋ ਗਿਆ ਬਾਵਲਾ ਹੋ ਗਿਆ ਹੰਕਾਰੀ ਪੰਡਿਆਂ ਨੇ ਆ ਕੇ ਕਬੀਰ ਜੀ ਦੇ ਪਾਸ ਆ ਘੇਰਿਆ ਕਬੀਰ ਜੀ ਨੂੰ ਕਹਿਣ ਲੱਗੇ ਤੂੰ ਕੋਈ ਚਾਰ ਅੱਖਰ ਪੜ ਲੈ ਤੈਨੂੰ ਪਤਾ ਲੱਗੇ ਕੀ ਸੱਚ ਹੈ ਤੇ ਕੀ ਝੂਠ ਹੈ ਇੱਕ ਤਾਂ ਤੂੰ ਜਾਤੀ ਦਾ ਜੁਲਾਇਆ ਹੈ ਤੇ ਦੂਸਰਾ ਤੈਨੂੰ ਆਉਂਦਾ ਕੱਖ ਨਹੀਂ ਚਾਰ ਅੱਖਰ ਸਾਡੇ ਕੋਲੋਂ ਪੜ੍ਹੇ ਤਾਂ ਤੈਨੂੰ ਪਤਾ ਲੱਗੇ ਤੂੰ ਪਾਵਰਾ ਹੀ ਹੋ ਗਏ ਤਾਂ ਕਬੀਰ ਜੀ ਕਹਿੰਦੇ ਹਨ ਕਿ ਵਿਦਿਆ ਨਹੀਂ ਪੜ੍ਹੋ ਬਾਦ ਨਹੀਂ ਜਾਣੋ ਹਰ ਗੁਣ ਕਥਤ ਸੁਨਤ ਬੋਰਾ ਨੂੰ ਮੈਂ ਤਾਂ ਉਸ ਪ੍ਰਭੂ ਦੇ ਨਾਮ ਜਪ ਕੇ ਹੀ ਮੈਂ ਬੋਰਾ ਹੋਇਆ ਹੋਇਆ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਸਾਰੀ ਖਲਕਤ ਸਿਆਣੀ ਹੈ ਮੈਂ ਬਾਵਰਾ ਹੀ ਚੰਗਾ ਹਾਂ ਕਿਉਂਕਿ ਮੈਂ ਆਪੇ ਤਾਂ ਬੋਰਾ ਨਹੀਂ ਨਾ ਹੋਇਆ ਆਪ ਨਾ ਬੋਰਾ ਰਾਮ ਕੀ ਉਹ ਬੋਰਾ ਉਹਦੇ ਨਾਮ ਨੇ ਮੈਨੂੰ ਬੋਰਾ ਕਰ ਦਿੱਤਾ ਹੈ ਆਪ ਨਾ ਬੋਰਾ ਰਾਮ ਕੀ ਉਹ ਬੋਰਾ 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 ਸਤਿਗੁਰ ਜਾਰ ਗਇਓ ਭ੍ਰਮ ਮੋਰਾ ਸਤਿਗੁਰ ਜਾਰ ਗਇਓ ਭ੍ਰਮ ਮੋਰਾ ਆਪ ਨਾ ਬੋਰਾ ਰਾਮ ਕੀ ਉਹ ਬੋਰਾ ਆਪ ਨਾ ਬੋਰਾ ਕਿਤੇ ਵਿਗੜ ਜਾਣਾ ਜਿਵੇਂ ਮੈਂ ਵਿਗੜਿਆ ਵਿਗੜਿਓ ਕਬੀਰਾ ਰਾਮ ਦੁਹਾਈ
ਕਬੀਰ ਜੀ ਕਹਿੰਦੇ ਨੇ ਮੈਂ ਵਿਗੜੇ ਆਪਣੀ ਮਤ ਖੋਈ, ਜੇ ਮੈਂ ਵਿਗੜ ਵੀ ਗਿਆ ਤਾਂ ਮੈਂ ਆਪਣਾ ਆਪ ਗੁਰੂ ਦੇ ਅਰਪਣ ਕਰ ਦਿੱਤਾ, ਮੈਂ ਆਪਣੀ ਹਉਮੈ ਨੂੰ ਗੁਆ ਦਿੱਤਾ, ਮੈਂ ਆਪਣਾ ਤਨ ਮਨ ਧਨ ਸਭ ਕੁਛ ਗੁਰੂ ਦੇ ਅਰਪਣ ਕਰ ਦਿੱਤਾ। ਤੇ ਜਿਹੜੇ ਗੁਰੂ ਦੇ ਅਰਪਣ ਕਰ ਦਿੰਦੇ ਹਨ ਉਹ ਜੀਵਨ ਮੁਕਤ ਹਨ। ਜਿਹੜੇ ਤਨ ਮਨ ਧਨ ਗੁਰੂ ਦੇ ਅਰਪਣ ਕਰ ਦਿੰਦੇ ਹਨ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ। ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਇੱਕ ਸੰਨਿਆਸੀਆਂ ਦੀ ਜਮਾਤ ਆਈ ਜਿਨ੍ਹਾਂ ਨੇ ਸੰਨਿਆਸ ਧਾਰਨ ਕੀਤਾ ਹੋਇਆ ਸੀ। ਮਹਾਰਾਜ ਸੱਚੇ ਪਾਤਸ਼ਾਹ ਹਰ ਧਰਮ ਦਾ ਬੜਾ ਸਤਿਕਾਰ ਕਰਦੇ ਸਨ। ਕੋਈ ਵੀ ਕਿਸੇ ਵੀ ਧਰਮ ਦਾ ਆ ਜਾਵੇ ਉਹਨੂੰ ਬੜਾ ਆਦਰ ਦਿਆ ਕਰਦੇ ਸਨ, ਬੜੇ ਆਦਰ ਦੇ ਨਾਲ ਬਿਠਾਇਆ। ਤੇ ਜਦੋਂ ਵਿਚਾਰ ਹੋਣ ਲੱਗੀ ਤਾਂ ਸੰਨਿਆਸੀ ਕਹਿਣ ਲੱਗੇ, ਮਹਾਰਾਜ ਤੁਸੀਂ ਕਹਿੰਦੇ ਹੋ ਮੇਰੇ ਸਿੱਖ ਜੀਵਨ ਮੁਕਤ ਹਨ, ਜਿਤਨੇ ਤੱਕ ਘਰ ਬਾਰ ਨਹੀਂ ਤਿਆਗਿਆ, ਗ੍ਰਸਤ ਨਹੀਂ ਛੱਡਿਆ, ਪਹਾੜਾਂ ਦੀਆਂ ਕੰਧਰਾਂ ਵਿੱਚ ਜਾ ਕੇ ਕਸ਼ਟ ਨਹੀਂ ਸਹਾਰੇ, ਤਪੱਸਿਆ ਨਹੀਂ ਕੀਤੀ, ਉਤਨੇ ਤੱਕ ਕਿਵੇਂ ਮੁਕਤ ਹੋ ਸਕਦੇ ਹਨ? ਮੁਕਤ ਹੋਣ ਲਈ ਤਾਂ ਫੇਕ ਧਾਰਨਾ ਪਵੇਗਾ, ਸੰਨਿਆਸ ਧਾਰਨਾ ਪਵੇਗਾ, ਜਗਤ ਵੱਲ ਪਿੱਠ ਦੇਣੀ ਪਵੇਗੀ। ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਮੇਰੇ ਸਿੱਖ ਜੀਵਨ ਮੁਕਤ ਹੀ ਹਨ, ਮੈਂ ਜੋ ਕਿਹਾ ਸੱਚ ਕਿਹਾ। ਜਿਸ ਨੇ ਵੀ ਆਪਣਾ ਤਨ ਮਨ ਧਨ ਗੁਰੂ ਦੇ ਅਰਪਣ ਕਰ ਦਿੱਤਾ ਨਾ, ਉਹ ਜਨਮ ਮਰਨ ਤੋਂ ਰਹਿਤ ਹੋ ਗਿਆ, ਉਹਦਾ ਕੋਈ ਲੇਖਾ ਨਹੀਂ, ਕੋਈ ਹਿਸਾਬ ਨਹੀਂ। ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਂਝਾ, ਧਰਮ ਰਾਏ ਦਰ ਕਾਗਜ਼ ਫਾਰੇ ਜਿਨ ਨਾਨਕ ਲੇਖਾ ਸਮਝਾ। ਉਹਨਾਂ ਦਾ ਲੇਖਾ ਕਾਹਦਾ, ਉਹ ਤਾਂ ਜਨਮ ਮਰਨ ਤੋਂ ਰਹਿਤ ਹੋ ਗਏ। ਜਿਨ੍ਹਾਂ ਨੂੰ ਗੁਰੂ ਦੇ ਦਰ ਦੀ ਸੇਵਾ ਮਿਲ ਗਈ, ਸਿਮਰਨ ਮਿਲ ਗਿਆ, ਮੈਂ ਜੁਗ ਜੁਗ ਦੇ ਹੈ ਸੇਵੜੀ ਗੁਰੂ ਕੱਟੀ ਮਹਿੰਦੀ ਜੇਵਰੀ, ਉਹਨਾਂ ਦੀ ਜੇਵਰੀ ਕੱਟੀ ਜਾਂਦੀ ਹੈ ਜਿਨ੍ਹਾਂ ਨੇ ਆਪਣਾ ਤਨ ਮਨ ਧਨ ਗੁਰੂ ਦੇ ਅਰਪਣ ਕੀਤਾ। ਮਹਾਰਾਜ ਉਹ ਕਿਵੇਂ ਹੈ? ਤਾਂ ਗੁਰੂ ਕੇ ਲਾਲ, ਗੁਰੂ ਕੇ ਸਿੱਖ, ਗੁਰੂ ਕਾ ਲੰਗਰ ਲਿਆ ਰਹੇ ਹਨ ਆਪਣੀ ਕਿਰਤ ਕਮਾਈ ਨੂੰ ਸਫਲ ਕਰਨ ਲਈ। ਕਹਿਣ ਲੱਗੇ ਮੇਰੇ ਸਿੱਖ ਨੇ ਆ ਧਨ ਵੀ ਗੁਰੂ ਦੇ ਅਰਪਣ ਕਰ ਦਿੱਤਾ ਹੈ। ਗੁਰੂ ਕੇ ਸਿੱਖ ਮਨ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਕੀਰਤਨ ਦੀ ਭਗਤੀ, ਪ੍ਰਧਾਨ ਭਗਤੀ ਵਿੱਚ ਲਿਵਲੀਨ ਹੋਏ ਹੋਏ ਹਨ। ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਸੰਨਿਆਸੀਓ, ਮੇਰੇ ਸਿੱਖ ਨੇ ਆਪਣਾ ਮਨ ਵੀ ਗੁਰੂ ਦੇ ਅਰਪਣ ਕਰ ਦਿੱਤਾ ਹੈ। ਤੇ ਜਦੋਂ ਦੇਸ਼ ਕੌਮ ਲਈ, ਧਰਮ ਲਈ ਇਹਨਾਂ ਦੇ ਤਨ ਦੀ ਲੋੜ ਪੈ ਜਾਵੇ ਤਾਂ ਇੱਕ ਦੂਏ ਤੋਂ ਅੱਗੇ ਭੱਜਦੇ ਹਨ ਕਿ ਮੇਰਾ ਨੰਬਰ ਪਹਿਲੇ ਲੱਗ ਜਾਵੇ। ਇਸ ਲਈ ਮੇਰੇ ਸਿੱਖ ਜੀਵਨ ਮੁਕਤ ਹਨ, ਇਹ ਗੁਰੂ ਦੇ ਆਸਰੇ ਤੇ ਰਹਿੰਦੇ ਹਨ। ਹਰ ਵੇਲੇ ਉਸ ਦਾ ਨਿਰਮਲ ਪਾਓ ਪਿਆਰ ਮਨ ਵਿੱਚ ਵਸਾਈ ਬੈਠੇ ਹਨ। ਹਜ਼ੂਰ ਕਹਿਣ ਲੱਗੇ ਸੰਨਿਆਸੀਆਂ ਨੂੰ, ਬਈ ਤੁਸੀਂ ਘਰ ਵੀ ਤਿਆਗਿਆ, ਗ੍ਰਸਤ ਵੀ ਤਿਆਗਿਆ, ਸੰਸਾਰ ਵੀ ਤਿਆਗਿਆ,
ਤੇ ਤੁਹਾਨੂੰ ਭਰੋਸਾ ਹੈ ਕਿ ਨਿਰੰਕਾਰ ਦੇਵੇਗਾ ਤੇ ਖਾਵਾਂਗੇ? ਕਿਉਂਕਿ ਰੱਬ ਦੇ ਪਿਆਰੇ ਤਾਂ ਦਰਬਾਰ ਉੱਪਰ ਖਰਚ ਮੰਗੇ, ਜਬੈ ਦੇ ਤਾਂ ਖਾਏ। ਸਾਧੂ ਦਾ ਬੈਰਾਗੀ ਦਾ ਜੋ ਜੀਵਨ ਹੈ ਉਹ ਪੰਛੀ ਵਾਂਗੂ ਹੁੰਦਾ, ਪੱਲੇ ਰਿਜਕ ਨਾ ਬਣਦੇ ਪੰਛੀ ਤੇ ਦਰਵੇਸ਼, ਜਿੰਨਾ ਤਪਕਾ ਰੱਬ ਦਾ ਤਿੰਨਾ ਰਿਜਕ ਹਮੇਸ਼। ਸੰਨਿਆਸੀ ਬੈਰਾਗੀ ਤਾਂ ਪੰਛੀ ਦੀ ਨਿਆਈ ਹੁੰਦੇ ਹਨ, ਤੇ ਤੁਹਾਨੂੰ ਭਰੋਸਾ ਹੈ ਕਿ ਨਿਰੰਕਾਰ ਦੇਵੇਗਾ? ਕਿ ਜੀ ਸਾਨੂੰ ਭਰੋਸਾ ਹੈ ਤਾਂ ਅੰਤਰਜਾਮੀ ਸਤਿਗੁਰੂ ਕਹਿਣ ਲੱਗੇ, ਫਿਰ ਤੁਸੀਂ ਅਸ਼ਰਫੀਆਂ ਧਨ ਦੌਲਤ ਨਾਲ ਕਿਉਂ ਲਈ ਫਿਰਦੇ ਹੋ? ਅੰਤਰਜਾਮੀ ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕੀਤਾ ਤਾਂ ਮੁਖ ਤੋਂ ਰੰਗ ਉੱਡ ਗਿਆ ਉਹਨਾਂ ਦਾ, ਭਈ ਇਹ ਤਾਂ ਅੰਤਰਜਾਮੀ ਹਨ। ਸਿੱਖ ਨੂੰ ਆਖਿਆ, ਬਈ ਇਸ ਜੋਗੀ ਦੀ, ਇਸ ਸੰਨਿਆਸੀ ਦੀ ਚਿੱਪੀ ਦੇ ਥੱਲੋਂ ਵੇਖੋ ਕੀ ਲੱਗਿਆ ਹੋਇਆ। ਚਿੱਪੀ ਦੇ ਥੱਲੇ ਲਾਖ ਲਾਈ ਹੋਈ ਸੀ, ਉਸ ਲਾਖ ਨੂੰ ਗਰਮ ਕਰਕੇ ਸੋਨੇ ਦੀਆਂ ਮੋਹਰਾਂ ਚਮੋੜੀਆਂ ਹੋਈਆਂ ਸੀ, ਬਈ ਜਦੋਂ ਲੋੜ ਪਵੇ ਗਰਮ ਕਰਕੇ ਲਾਖ, ਉਹ ਸੋਨੇ ਦੀ ਮੋਹਰ ਕੱਢੀ ਤੇ ਬਾਹਰ ਬਾਜ਼ਾਰ ਜਾ ਕੇ ਕੋਈ ਸੌਦਾ ਲੈ ਆਉਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਕੇ ਸਿੱਖ ਨੂੰ, ਬਈ ਇਸ ਦੀ ਗੋਦੜੀ ਵੀ ਉਧੇੜ ਜਿਸ ਗੋਦੜੀ ਤੇ ਇਹ ਬੈਠਾ। ਜਦੋਂ ਉਸਦੀ ਗੋਦੜੀ ਉਧੇੜੀ ਗਈ ਤਾਂ ਉਹਦੇ ਵਿੱਚੋਂ ਵੀ ਸੋਨੇ ਦੀਆਂ ਅਸ਼ਰਫੀਆਂ ਨਿਕਲੀਆਂ, ਧਨ ਨਿਕਲਿਆ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਸੰਨਿਆਸੀਓ ਹੁਣ ਦੱਸੋ, ਬਈ ਅਸਲੀ ਸੰਨਿਆਸ ਮੇਰੇ ਸਿੱਖ ਧਾਰਨ ਕੀਤੀ ਬੈਠੇ ਹਨ ਜਾਂ ਤੁਸੀਂ ਧਾਰਨ ਕੀਤੀ ਬੈਠੇ ਹੋ? ਤੁਹਾਨੂੰ ਤਾਂ ਪ੍ਰਤੀਤ ਹੀ ਨਹੀਂ ਕਿ ਨਿਰੰਕਾਰ ਰੋਜੀ ਦੇਵੇਗਾ। ਉਹ ਨਿਰੰਕਾਰ ਗੋਬਿੰਦ ਤਾਂ ਕਿ ਪਿੱਛੇ ਫਿਰੇ ਮਤ ਭੁੱਖਾ ਰਹਿ ਜਾਏ, ਜਿਹੜੇ ਉਹਦੇ ਆਸਰੇ ਤੇ ਸਿਮਰਨ ਸੇਵਾ ਵਿੱਚ ਲੱਗੇ ਹੋਏ ਹਨ, ਉਹਨਾਂ ਦੇ ਤਾਂ ਮਗਰ ਮਗਰ ਨਿਰੰਕਾਰ ਫੇਰੀ ਰਿਹਾ, ਬਈ ਮਤੇ ਮੇਰਾ ਭਗਤ ਭੁੱਖਾ ਨਾ ਰਹਿ ਜਾਏ। ਤੇ ਤੁਸੀਂ ਧਨ ਦੌਲਤ ਨਾਲ ਚੱਕੀ ਫਿਰਦੇ ਹੋ, ਆ ਮੇਰੇ ਸਿੱਖ ਵੇਖੋ, ਕਈ ਕਈ ਦਿਨ ਲੰਗਰ ਨਾ ਆਵੇ ਤਾਂ ਦਾਤਨਾ ਚੱਬ ਕੇ ਵੀ ਉਸ ਨਿਰੰਕਾਰ ਦਾ ਲੱਖ ਲੱਖ ਸ਼ੁਕਰ ਕਰਦੇ ਹਨ। ਕਦੇ ਇਹਨਾਂ ਨੇ ਯਤਨ ਨਹੀਂ ਕੀਤਾ, ਬਈ ਕੋਈ ਪਦਾਰਥ ਨਹੀਂ ਆਇਆ ਚਲੋ ਚਲੀ, ਨਹੀਂ, ਦਾਤਨਾ ਚਬਾ ਕੇ ਵੀ ਲੱਖ ਲੱਖ ਸ਼ੁਕਰ ਕਰਦੇ ਹਨ। ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਸੰਸਾਰ ਵਿੱਚ ਰਹਿੰਦਿਆਂ, ਗ੍ਰਸਤ ਵਿੱਚ ਵਿਚਰਦਿਆਂ, ਸੰਸਾਰ ਦੇ ਸੁੱਖਾਂ ਤੋਂ ਉੱਪਰ ਰਹਿਣਾ, ਜਿਵੇਂ ਕਵਲ ਫੁੱਲ ਆਪਣੀ ਖੁਰਾਕ ਤਾਂ ਜਲ ਤੋਂ ਲੈਂਦਾ ਪਰ ਜਲ ਵਿੱਚ ਲੁਕ ਨਹੀਂ ਜਾਂਦਾ, ਜਲ ਤੋਂ ਨਿਰਲੇਪ ਹੈ। ਇਸੇ ਤਰ੍ਹਾਂ ਜੋ ਮਨੁੱਖ ਆਪਣੇ ਮਾਲਕ ਨੂੰ, ਆਪਣੇ ਗੁਰੂ ਨੂੰ, ਆਪਣੇ ਈਸ਼ਵਰ ਨੂੰ ਧਿਆਉਂਦਾ, ਉਹ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ, ਜਿਹੜਾ ਅੰਮ੍ਰਿਤ ਵੇਲੇ ਜਾਗਦਾ ਇਹ ਯੋਗ ਕਮਾਉਣਾ ਹੈ, ਇਹ ਯੋਗ ਤਪੱਸਿਆ ਹੈ ਅੰਮ੍ਰਿਤ ਵੇਲੇ ਜਾਗਣਾ। ਜਿਹੜੇ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕਰਦੇ ਹਨ, ਆਪਣੇ ਮਾਲਕ ਦੇ ਗੁਣ ਗਾਉਂਦੇ ਹਨ, ਉਹ ਚਾਹੇ ਗ੍ਰਸਤੀ ਹਨ, ਚਾਹੇ ਉਦਾਸੀਨ ਹਨ, ਚਾਹੇ ਕਿਸੇ ਵੀ ਮਤ ਦੇ ਹਨ, ਉਹ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ। ਜੇ ਭੇਖ ਹੋਵੇ ਸਾਧੂਆਂ ਵਾਲਾ,
ਅੰਮ੍ਰਿਤ ਵੇਲਾ ਸੌਂ ਕੇ ਬਿਤਾ ਦਿੱਤਾ ਹੈ। ਦਿਨ ਵਿੱਚ ਸੋਚਦਾ ਫਿਰਦਾ, ਨਿਉਂਦਾ ਫਿਰਦਾ ਬਈ ਮੈਂ ਬੜਾ ਨਿਮਰਤਾ ਦਾ ਪੁੰਜ ਹਾਂ, ਅੰਦਰ ਪਿਆਰ ਨਹੀਂ ਹੈ, ਮਨ ਨਹੀਂ ਪ੍ਰੀਤ, ਮੁੱਖੋਂ ਗੰਢ ਲਾਵਤ। ਮਹਾਰਾਜ ਕਹਿੰਦੇ ਨੇ ਅਪਰਾਧੀ ਦੂਣਾ ਨਿਵੇਂ, ਕਿਉਂਕਿ ਜਦੋਂ ਸ਼ਿਕਾਰੀ ਸ਼ਿਕਾਰ ਕਰਦਾ ਤਾਂ ਬੜਾ ਹੀ ਨੀਵਾਂ ਹੋ ਜਾਂਦਾ, ਬਈ ਸ਼ਿਕਾਰ ਮਤੇ ਮੇਰੇ ਵੱਲ ਵੇਖ ਨਾ ਲਵੇ, ਜੇ ਮਨ ਵਿੱਚ ਪਿਆਰ ਨਹੀਂ, ਦਿਲੋਂ ਨਿਮਰਤਾ ਨਹੀਂ ਆਈ ਤਾਂ ਤੇਰਾ ਝੁਕਣਾ ਉਸ ਅਪਰਾਧੀ ਦੀ ਤਰ੍ਹਾਂ ਹੈ ਜਿਹੜਾ ਕਿਸੇ ਨੂੰ ਮਾਰਨ ਲਈ ਨੀਵਾਂ ਹੋ ਰਿਹਾ। ਅਪਰਾਧੀ ਦੂਣਾ ਨਿਵੇਂ, ਜਿਉਂ ਹੰਤਾ ਮਿਰਗਾਏ, ਸ਼ੀਸ਼ ਨਿਵਾਈਏ ਕਿਆ ਥੀਏ ਜਾਂ ਹਿਰਦੇ ਕਸੁੱਧਾ ਜਾਏ। ਮਹਾਰਾਜ ਕਹਿੰਦੇ ਹਨ ਹੁਣ ਸ਼ੀਸ਼ ਚੁਕਾਉਣ ਨਾਲ ਕੀ ਬਣੇਗਾ, ਜੇ ਤੇਰੇ ਹਿਰਦੇ ਦੀ ਮੈਲ ਹੀ ਨਹੀਂ ਖਤਮ ਹੋਈ, ਤੇਰਾ ਹਿਰਦਾ ਹੀ ਸ਼ੁੱਧ ਨਹੀਂ ਹੋਇਆ। ਇਸ ਲਈ ਉਹ ਕਦੇ ਵੀ ਗੁਰੂ ਦਰ ਤੇ ਪ੍ਰਵਾਨ ਨਹੀਂ ਹੋ ਸਕਦੇ। ਤਾਂ ਸਾਰਿਆਂ ਸੰਨਿਆਸੀਆਂ ਨੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਸ਼ੁਭ ਉਪਦੇਸ਼ ਲਿਆ ਕਿ ਵਾਕਿਆ ਹੀ ਘਰ ਬਾਰ ਤਿਆਗਿਆ, ਸੰਸਾਰ ਛੱਡਿਆ ਤੇ ਨਿਰੰਕਾਰ ਰੋਜੀ ਕਿਉਂ ਨਾ ਦੇਵੇਗਾ। ਉਹ ਜ਼ਰੂਰ ਦਿੰਦਾ, ਕਿਉਂਕਿ ਰੱਬ ਦੇ ਪਿਆਰੇ ਜੇ ਉਹਦੇ ਆਸਰੇ ਤੇ ਖੜੋ ਜਾਣ ਤਾਂ ਸਭ ਕੁਛ ਮਿਲਦਾ। ਇਸ ਲਈ ਮਹਾਰਾਜ ਕਹਿੰਦੇ ਹਨ, ਕਬੀਰ ਜੀ ਕਹਿੰਦੇ ਨਾ ਬਈ ਜਿਵੇਂ ਮੈਂ ਵਿਗੜਿਆ ਨਾ, ਰੱਬ ਕਰੇ ਕੋਈ ਨਾ ਵਿਗੜੇ, ਕਿਉਂਕਿ ਮੈਨੂੰ ਤਾਂ ਰਾਮ ਨੇ ਵਿਗਾੜਿਆ, ਉਹਦਾ ਜਸ ਸੁਣਿਆ ਤੇ ਸਭ ਕੁਛ ਮੇਰੇ ਪਾਸੋਂ ਛੁੱਟ ਗਿਆ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮੈਂ ਤਾਂ ਮੁੱਲ ਲੈ ਲਿਆ, ਜਦੋਂ ਦਾ ਆਪਾ ਗਵਾਇਆ ਰਾਮ ਮੇਰਾ ਹੋ ਗਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੁਸੀਂ ਜੋ ਕਹਿਣਾ ਬੇਸ਼ੱਕ ਕਹੀ ਜਾਓ, ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਲੋਕ ਕਹੇ ਕਬੀਰ ਪੁਰਾਣਾ, ਕਬੀਰ ਕੋ ਮਰਮ ਰਾਮ ਪਹਿਚਾਨਾ। ਲੋਕ ਕਹੇ ਕਬੀਰ ਪੁਰਾਣਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਕਬੀਰ ਕਾ ਮਰਮ ਰਾਮ ਪਹਿਚਾਨਾ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਕ ਰਾਮ ਖਿਲੋਨਾ ਜਾਨਾ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਕ ਰਾਮ ਖਿਲੋਨਾ। ਜਦੋਂ ਪੀੜਾ ਬਣਦੀ ਹੈ ਨਾ ਕੋਈ, ਤੇ ਅਰਦਾਸਾਂ ਕਰਦਾ, ਹੇ ਵਾਹਿਗੁਰੂ, ਹੇ ਨਿਰੰਕਾਰ, ਮੈਨੂੰ ਇਸ ਭੌਜਲ ਤੋਂ ਬਚਾ,
ਮੈਂ ਤੇਰੇ ਲਈ ਆਹ ਕਰਾਂਗਾ, ਮੈਂ ਲੰਗਰ ਕਰਾਵਾਂਗਾ, ਮੈਂ ਪਾਠ ਕਰਾਵਾਂਗਾ, ਆਹ ਕਰਾਵਾਂਗਾ, ਉਹ ਕਰਾਵਾਂਗਾ। ਤੇ ਜਦੋਂ ਕਾਰਜ ਹੋ ਗਿਆ ਤੇ ਫਿਰ ਤੂੰ ਕੌਣ ਤੇ ਮੈਂ ਕੌਣ। ਇੱਕ ਬੰਦਾ ਖਜੂਰ ਤੇ ਚੜ ਗਿਆ ਖਜੂਰਾਂ ਖਾਣ ਲਈ, ਕਿਉਂਕਿ ਖਜੂਰ ਤੇ ਚੜਦਾ ਬੜੀ ਸੌਖੀ ਹੈ, ਬੰਦਾ ਬੜੇ ਆਰਾਮ ਨਾਲ ਚੜ ਜਾਂਦਾ। ਜਦੋਂ ਚੜ ਗਿਆ ਖਜੂਰਾਂ ਤਾਂ ਰੱਜ ਕੇ ਖਾ ਲਈਆਂ, ਤੇ ਜਦੋਂ ਥੱਲਿਓਂ ਵੇਖਿਆ ਤਾਂ ਮੌਤ ਨਜ਼ਰ ਆਈ, ਬਈ ਹੁਣ ਉਤਰਾਂਗਾ ਕਿਵੇਂ, ਕਿਵੇਂ ਉਤਰਾਂਗਾ। ਅਰਦਾਸ ਕੀਤੀ, ਹੇ ਭਗਵਾਨ, ਹੇ ਈਸ਼ਵਰ, ਜੇ ਅੱਜ ਬਚਾ ਦੇਵੇਂ ਨਾ ਤਾਂ ਮੈਂ 100 ਧੋਤੀ ਮੰਦਰ ਵਿੱਚ ਜਾ ਕੇ ਸਾਧੂਆਂ ਲਈ ਦਾਨ ਕਰਕੇ ਆਵਾਂਗਾ, ਅੱਜ ਮੇਰੀ ਰੱਖਿਆ ਕਰ, ਜਿਵੇਂ ਹੁੰਦਾ ਕਰ। ਇੱਕ 100 ਧੋਤੀ ਮੈਂ ਮੰਦਰ ਵਿੱਚ ਦੇ ਆਵਾਂਗਾ ਸਾਧੂਆਂ ਲਈ। ਤੇ ਡਰਦਾ ਡਰਦਾ ਉਤਰਿਆ, ਜਦੋਂ ਅੱਧਾ ਕੁ ਉਤਰ ਆਇਆ ਨਾ ਜਦੋਂ, ਤੇ ਮਨ ਵਿੱਚ ਸੋਚਿਆ ਬਈ ਭਗਵਾਨ ਨੇ ਕੋਈ ਹੱਡੀ ਕੱਢਣੀ ਹੈ ਧੋਤੀਆਂ ਦੀ, 50 ਧੋਤੀਆਂ ਥੋੜੀਆਂ ਨੇ, 50 ਇੱਕ ਦੇ ਦਿਆਂਗੇ। ਜਦੋਂ ਥੋੜਾ ਜਿਹਾ ਹੋਰ ਉਤਰਿਆ ਤਾਂ 25 ਤੇ ਆ ਗਿਆ, ਹੋਰ ਥੋੜਾ ਜਿਹਾ ਉਤਰਿਆ ਤਾਂ 10 ਤੇ ਆ ਗਿਆ। ਬਈ ਭਗਵਾਨ ਦੀ ਭੇਟਾ ਹੀ ਕਰਨੀ ਹੈ, ਕੋਈ ਗਿਣਤੀ ਮਿਣਤੀ ਥੋੜੀ ਹੈ, ਭਗਵਾਨ ਨੂੰ ਜੋ ਦੇਣਾ ਸ਼ਰਧਾ ਨਾਲ ਦੇਣਾ ਨਾ। ਤੇ ਜਦੋਂ 5 ਤੋਤੀਆਂ ਤੇ ਆ ਗਿਆ ਨਾ, ਪੈਰ ਅਟਕਿਆ, ਥਿੜਕਿਆ ਪੈਰ ਤੇ ਥੱਲੇ ਆਣ ਪਿਆ, ਗਿੱਟੇ ਗੋਡੇ ਭੱਜੇ ਜਦੋਂ, ਤਾਂ ਕਹਿਣ ਲੱਗਾ, ਹੇ ਭਗਵਾਨ, ਮੈਂ ਤਾਂ ਮਖੌਲ ਕਰ ਰਿਹਾ ਸਾਂ ਤੈਨੂੰ, ਤੂੰ ਮਖੌਲ ਨੂੰ ਹੀ ਨਹੀਂ ਸਮਝਦਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤਾਂ ਲੋਕਾਂ ਦੇ ਐਸੇ ਮਨ ਹਨ ਕਿ ਜਦੋਂ ਆਸਾ ਮਨਸਾ ਪੂਰੀ ਹੋ ਜਾਏ, ਮੰਨਤ ਪੂਰੀ ਹੋ ਜਾਏ, ਸੁਖਨਾ ਪੂਰੀ ਹੋ ਜਾਏ, ਫਿਰ ਤੂੰ ਕੌਣ ਤੇ ਮੈਂ ਕੌਣ ਭੁੱਲ ਜਾਂਦੇ ਹਨ। ਇੱਕ ਮਨੁੱਖ ਦੀ ਕੱਟੀ ਗੁਆਚ ਗਈ ਤੇ ਲੱਭਣ ਤੁਰਿਆ, ਜਿਹੜਾ ਮੰਦਰ ਆਉਂਦਾ, ਜਿਹੜਾ ਗੁਰਦੁਆਰਾ ਆਉਂਦਾ, 100 ਰੁਪਈਏ ਦਾ ਪ੍ਰਸਾਦ ਮੰਨੀ ਆਵੇ, ਤੇ ਨਾਲ ਉਸਦਾ ਬੇਟਾ ਸੀ, ਸੁਖਨਾ ਮੰਨਦਿਆਂ ਮੰਨਦਿਆਂ ਕਾਫੀ ਦੂਰ ਨਿਕਲ ਗਏ, ਕੱਟੀ ਤਾਂ ਨਹੀਂ ਲੱਭੀ। ਤੇ ਉਹ ਬੱਚਾ ਕਹਿਣ ਲੱਗਾ, ਪਿਤਾ ਜੀ, ਬਈ ਕੱਟੀ ਤਾਂ ਸਾਰੀ 3 ਰੁਪਈਆਂ ਦੀ ਹੈ, ਤੇ ਤੁਸੀਂ ਅਰਦਾਸ ਜਿਹੜੀ ਸੁਖਨਾ ਸੁਖੀਆਂ ਨੇ ਉਹ ਤਾਂ 12.5 ਰੁਪਈਏ ਬਣਦੇ ਹਨ, ਏਡੀਆਂ ਸੁਖਨਾ ਸੁਖ ਲਈਆਂ ਹਨ। ਤੇ ਆਪਣੇ ਬੇਟੇ ਨੂੰ ਕਹਿਣ ਲੱਗਾ, ਬਈ ਇੱਕ ਵਾਰੀ ਕੱਟੀ ਦੇ ਕੰਨ ਮੇਰੇ ਹੱਥ ਵਿੱਚ ਆਣ ਦੇ, ਫਿਰ ਮੈਂ ਵੇਖਣਾ ਕਿਹੜਾ ਮੇਰੇ ਕੋਲੋਂ ਕੁਝ ਲੈ ਦੇ। ਉਚਾਰਨ ਕਰੋ ਸ੍ਰੀ ਲੋਗਨ ਰਾਮ ਖਿਲੌਣਾ ਜਾਣਾ। ਲੋਕੀ ਸਮਝਦੇ ਹਨ ਬਈ ਰਾਮ ਤਾਂ ਐਵੇਂ ਵਿਹਲਾ ਹੀ ਹੈ, ਜਦੋਂ ਮਰਜ਼ੀ ਹੈ ਜਾ ਕੇ ਕੁਝ ਮੰਗ ਲਿਆ ਲੈ ਆਉਂਦਾ, ਤੇ ਫਿਰ ਜਦੋਂ ਅਸੀਂ ਕੁਝ ਥੋੜ੍ਹਾ ਬਹੁਤ ਵੀ ਭਗਵਾਨ ਦੇ ਅੱਗੇ ਰੱਖਦੇ ਹਾਂ ਤੇ 1000 ਗੁਣਾ ਮੰਗ ਲੈਂਦੇ ਹਾਂ। ਮਹਾਰਾਜ ਆਪ ਕਹਿ ਰਹੇ ਹਨ, ਦੇ ਮੰਗੈ ਸਹਿ ਸਹਿ ਗੁਣਾ, 1% ਦੇ ਕੇ 1000 ਗੁਣਾ ਗੁਰੂ ਕੋਲੋਂ ਮੰਗ ਲੈਣਾ, ਤੇ ਫਿਰ ਜਦੋਂ ਨਹੀਂ ਮਿਲਿਆ ਨਾ ਤਾਂ ਹੁਣ ਇਹ ਗੁਰੂ ਪੁਰਾਣਾ ਹੀ ਹੋ ਗਿਆ, ਹੁਣ ਇਹ ਗੁਰੂ ਕੁਝ ਹੋਰ ਹੀ ਹੋ ਗਿਆ, ਚਲੋ ਕੋਈ ਨਵਾਂ ਗੁਰੂ ਧਾਰਨ ਕਰੀਏ, ਥੋੜਾ ਜਿਹਾ ਪ੍ਰਭੂ ਅੱਗੇ ਰੱਖ ਕੇ
ਤੇ ਫਿਰ ਹਜ਼ਾਰਾਂ ਗੁਣਾ ਪਦਾਰਥ ਮੰਗ ਰਿਹਾ ਤੇ ਨਾਲੇ ਇਸ ਤੇ ਕੰਨ ਵੀ ਤਰਸ ਰਹੇ ਹਨ ਬਈ ਸ਼ੋਭ ਕਰੇ ਸੰਸਾਰ, ਸੰਸਾਰ ਮੇਰੀ ਸ਼ੋਭਾ ਵੀ ਕਰੇ। ਬਈ ਬੜਾ ਦਾਨੀ ਹੈ, ਬੜਾ ਦਾਤਾ ਹੈ, ਦੇ ਮੰਗਿਆ ਸਹਿ ਸਹਿ ਗੁਣਾ ਸ਼ੋਭ ਕਰੇ ਸੰਸਾਰਾ ਸੰਸਾਰ। ਤੋ ਇਸ ਲਈ ਮਹਾਰਾਜ ਕਹਿੰਦੇ ਨੇ ਐਸੇ ਮਨੁੱਖ ਕਦੇ ਉਹਦੇ ਦਰ ਤੇ ਪ੍ਰਵਾਨ ਨਹੀਂ ਹੋਏ, ਐਸੇ ਸਵਾਰਥੀ ਲੋਕ ਕਦੇ ਗੁਰੂ ਨੂੰ ਚੰਗੇ ਨਹੀਂ ਲੱਗੇ। ਹਾਂ ਬਈ ਗੁਰੂ ਦੇ ਦਰ ਤੇ ਨਿਸ਼ਕਾਮਤਾ ਦੇ ਨਾਲ ਸੇਵਾ ਕਰ, ਕਿਹੜੀ ਵਸਤੂ ਹੈ ਜੋ ਗੁਰੂ ਤੇਰੇ ਕੋਲੋਂ ਲੁਕੋ ਕੇ ਰੱਖ ਲਏਗਾ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਉਹ ਗੁਰੂ ਦੇ ਦਰ ਤੇ ਨਿਸ਼ਕਾਮਤਾ ਦੇ ਨਾਲ ਕਰ ਸੇਵਾ, ਇਸ ਲੋਕ ਦੇ ਸੁੱਖ ਵੀ ਪ੍ਰਭੂ ਤੇਰੀ ਝੋਲੀ ਵਿੱਚ ਪਾਵੇਗਾ ਤੇ ਪਰਲੋਕ ਵਿੱਚ ਵੀ ਤੇਰੀ ਬਾਂਹ ਫੜੇਗਾ, ਤੇਰੀ ਸਹਾਇਤਾ ਕਰੇਗਾ। ਇਸ ਲਈ ਕਬੀਰ ਜੀ ਕਹਿੰਦੇ ਨੇ ਲੋਕ ਬੇਸ਼ੱਕ ਮੈਨੂੰ ਬੋਰਾਨਾ ਕਹੀ ਜਾਣ, ਕਿਉਂਕਿ ਮੈਂ ਤਾਂ ਬੋਰਾ ਉਹਨੂੰ ਸਮਝਦਾ ਹਾਂ ਕਿ ਸੋ ਬੋਰਾ ਜੋ ਆਪ ਨਾ ਪਛਾਣੇ। ਬੋਰਾ ਤਾਂ ਅਸਲੀ ਉਹ ਹੈ ਜਿਸ ਨੇ ਆਪੇ ਨੂੰ ਨਹੀਂ ਪਛਾਣਿਆ ਬਈ ਮੈਂ ਸੰਸਾਰ ਵਿੱਚ ਕੀ ਕਰਨ ਆਇਆ ਤੇ ਕੀ ਕਰ ਰਿਹਾ। ਬੋਰਾ ਤਾਂ ਉਹ ਹੈ ਜਿਹਨੂੰ ਸਵਾਸਾਂ ਦੀ ਕੀਮਤ ਦਾ ਪਤਾ ਨਹੀਂ ਕਿ ਕਿਤਨੇ ਅਮੋਲਕ ਹੀਰੇ ਲਾਲਾਂ ਤੋਂ ਵੀ ਮਹਿੰਗੇ ਮੇਰੇ ਸਵਾਸ ਵਿਅਰਥ ਜਾ ਰਹੇ ਹਨ ਬਿਨਾਂ ਜਪਣ ਦੇ। ਅਸਲੀ ਬੋਰਾਨੇ ਤਾਂ ਉਹ ਹਨ ਜਿਨ੍ਹਾਂ ਨੂੰ ਮੌਤ ਚੇਤੇ ਨਹੀਂ ਹੈ, ਜਿਨ੍ਹਾਂ ਨੂੰ ਪਰਮੇਸ਼ਰ ਚੇਤੇ ਨਹੀਂ ਹੈ। ਇਸ ਲਈ ਮਹਾਰਾਜ ਕਬੀਰ ਜੀ ਕਹਿੰਦੇ ਨੇ ਸੋ ਬੋਰਾ ਜੋ ਆਪ ਨਾ ਪਛਾਣੇ, ਆਪ ਪਛਾਣੇ ਸੋ ਏਕੈ ਜਾਣੇ। ਜਿਨ੍ਹਾਂ ਨੇ ਆਪੇ ਨੂੰ ਪਹਿਚਾਣਿਆ ਉਹ ਫਿਰ ਉਹਨਾਂ ਦਾ ਜੀਵਨ ਹੈ ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਉਸ ਭਗਵੰਤ ਦਾ ਨਾਮ ਜਪਦੇ ਹਨ। ਤੇ ਆਖਰ ਵਿੱਚ ਕਬੀਰ ਜੀ ਨੇ ਬੜਾ ਸੁੰਦਰ ਦ੍ਰਿਸ਼ਟਾਂਤ ਦਿੱਤਾ, ਉਹ ਮਨੁੱਖ ਅਭੇ ਨਾ ਮਾਤਾ ਸੋ ਕਬੂ ਨਾ ਮਾਤਾ। ਜੇ ਤੂੰ ਮਨੁੱਖਾ ਜਨਮ ਪ੍ਰਾਪਤ ਕਰਕੇ ਨਾਮ ਸਿਮਰਨ ਨਾਲ ਨਹੀਂ ਜੁੜਿਆ, ਸੇਵਾ ਨਹੀਂ ਕੀਤੀ, ਤਾਂ ਫਿਰ ਇਹ ਅਵਸਰ ਤੈਨੂੰ ਕਦੀ ਮਿਲਣ ਵਾਲਾ ਨਹੀਂ ਹੈ, ਯਾਦ ਰੱਖੀ। ਇਸ ਲਈ ਅਭੇ ਨਾ ਮਾਤਾ ਸੋ ਕਬੂ ਨਾ ਮਾਤਾ, ਕਹਿ ਕਬੀਰ ਰਾਮੇ ਰੰਗ ਰਾਤਾ। ਇਹ ਕਬੀਰ ਤਾਂ ਰੱਬ ਦੇ ਰੰਗ ਵਿੱਚ ਬੋਰਾਨਾ ਹੋਇਆ ਹੋਇਆ। ਲੋਕ ਕਹੇ ਕਬੀਰ ਬੋਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਲੋਕ ਕਹੇ ਕਬੀਰ ਬੋਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਕਬੀਰ ਕਾ ਮਰਮ ਰਾਮ ਪਹਿਚਾਨਾ, ਇਹ ਸੱਚ ਦੀ ਭਗਤੀ ਹੈ। ਆਪਣੇ ਮਾਤਾ ਪਿਤਾ ਦੀ ਸੇਵਾ, ਸਤਪੁਰਸ਼ਾਂ ਦੀ ਸੇਵਾ, ਸੰਸਾਰ ਦੀ ਸੇਵਾ, ਤੇ ਫਿਰ ਗੁਰੂ ਵੀ ਖੁਸ਼ ਹੁੰਦਾ, ਰੇ ਰੇ ਦਰਗਹਿ ਕਹੇ ਨਾ ਕਹੂ। ਆਓ ਬੈਠ, ਆਦਰ ਸਭ ਦੇ। ਕਈ ਵੇਰਾਂ ਵੇਖਣ ਵਿੱਚ ਆਉਂਦਾ ਮਾਤਾ ਪਿਤਾ ਕਲਪ ਰਹੇ ਹਨ, ਘਰ ਭੁੱਖੇ ਬੈਠੇ ਹਨ, ਤੇ ਮਨੁੱਖ ਪਖੰਡੀਆਂ ਦੇ ਮਗਰ ਲੱਗ ਕੇ ਤੇ ਉਹਨਾਂ ਨੂੰ ਲੁਟਾਈ ਜਾ ਰਹੇ। ਮਾਤਾ ਪਿਤਾ ਘਰ ਭੁੱਖੇ ਬੈਠੇ,
ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਸਮੇਂ ਸ਼ੇਰਪੁਰਾ ਜਿੱਥੇ ਬਾਬਾ ਜੀ ਦਾ ਜਨਮ ਸਥਾਨ ਹੈ, ਉੱਥੋਂ ਦਾ ਇੱਕ ਚੰਨਣ ਸਿੰਘ ਆਇਆ। ਬਾਬਾ ਜੀ ਅੱਗੇ ਆ ਕੇ ਬੇਨਤੀ ਕੀਤੀ, ਮਹਾਰਾਜ ਭਈ ਮੈਂ ਲਈਐ ਤੇ ਦੁੱਧ ਨਹੀਂ ਦੇ ਰਹੀ, ਕਈ ਦਿਨ ਹੋ ਗਏ ਹਨ ਤੇ ਮੈਂ ਤੇ ਗਰੀਬ ਆਦਮੀ ਹਾਂ, ਇਤਨੀ ਸਮਰੱਥਾ ਵੀ ਨਹੀਂ ਰੱਖਦਾ, ਮੌਲਵੀਆਂ ਕੋਲੋਂ ਪੇੜੇ ਵੀ ਸਰ ਕਰਾਏ ਹਨ, ਹੋਰ ਕਈ ਤਵੀਤ ਗੱਲ ਵਿੱਚ ਪਾਏ ਹਨ, ਬੜੇ ਯਤਨ ਕੀਤੇ ਹਨ ਤੇ ਆਪ ਤਾਂ ਸਾਡੇ ਪਿੰਡ ਵਿੱਚ ਜਨਮ ਲਿਆ ਆਪ ਨੇ, ਤੇ ਇਤਨਾ ਵੀ ਤੁਸੀਂ ਮੇਰਾ ਕੰਮ ਨਹੀਂ ਕਰ ਸਕਦੇ, ਕਿਰਪਾ ਕਰੋ ਮੈਂ ਦੁੱਧ ਦੇਣ ਲੱਗ ਜਾਵੇ। ਤਾਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਤੇਰੇ ਮਾਤਾ ਪਿਤਾ ਹੈ ਨਾ ਉਹ ਚੰਨਣਾ? ਕਹਿਣ ਲੱਗਾ ਜੀ ਪਿਤਾ ਜੀ ਤਾਂ ਗੁਜ਼ਰ ਗਏ ਹਨ, ਮਾਤਾ ਹੈ। ਕਹਿਣ ਲੱਗੇ ਕਦੇ ਉਹਨੂੰ ਵੀ ਦੁੱਧ ਪਿਲਾਇਆ? ਅੱਗੇ ਜੀ ਮੇਰੀ ਘਰਵਾਲੀ ਬੜੀ ਕੁਪੱਤੀ ਹੈ, ਉਹ ਤਾਂ ਪਾਣੀ ਨਹੀਂ ਪਿਆ ਕੇ ਰਾਜੀ, ਤੁਸੀਂ ਦੁੱਧ ਕਹਿ ਰਹੇ ਹੋ। ਤਾਂ ਮਹਾਂਪੁਰਖ ਕਹਿਣ ਲੱਗੇ ਚੰਨਣਾ ਜਾ, ਮਾਈਆਂ ਨੂੰ ਦੁੱਧ ਤੇ ਪੁੱਤ ਬੜਾ ਪਿਆਰਾ ਹੁੰਦਾ, ਤੇ ਜੇ ਦੁੱਧ ਪੀਣਾ ਤਾਂ ਉਹਨੂੰ ਕਹੀਂ ਭਾਈ ਪਹਿਲਾਂ ਮਾਤਾ ਨੂੰ ਦੁੱਧ ਪਿਵਾ, ਮਾਂ ਦਾ ਰਿਦਾ ਪ੍ਰਸੰਨ ਹੋਵੇਗਾ, ਅਸ਼ੀਸ਼ ਨਿਕਲੇਗੀ ਉਸਦੇ ਮੁੱਖ ਵਿੱਚੋਂ ਤੇ ਸਾਰੇ ਹੀ ਸੁੱਖਾਂ ਦੇ ਮੁੱਖ ਤੁਹਾਡੇ ਵੱਲ ਹੋ ਜਾਣਗੇ। ਪਿਆਰੀ ਸਾਧ ਸੰਗਤ, ਉਸਨੇ ਬਚਨ ਮੰਨ ਕੇ ਆਪਣੀ ਘਰਵਾਲੀ ਨੂੰ ਆਖਿਆ। ਕਹਿਣ ਲੱਗੀ ਲੈ ਕਿਹੜੀ ਗੱਲ ਹੈ, ਜੇ ਇੱਕ ਗਿਲਾਸ ਮਾਤਾ ਜੀ ਦੁੱਧ ਦਾ ਪੀ ਲੈਣ ਤੇ ਸਾਨੂੰ ਬਾਲਟਾ ਭਰਿਆ ਹੋਇਆ ਦੁੱਧ ਦਾ ਰੋਜ਼ ਮਿਲ ਜਾਏ, ਹੋਰ ਕੀ ਚਾਹੀਦਾ। ਤੇ ਜਦੋਂ ਦੁੱਧ ਲੈ ਕੇ ਗਈ ਨਾ ਮਾਤਾ ਜੀ, ਦੁੱਧ ਪੀ ਲਓ, ਮਾਂ ਦੇ ਨੇਤਰ ਕਿਉਂਕਿ ਬੜੀ ਬੁੜੀ ਸੀ, ਨਜ਼ਰ ਕੁਝ ਆਉਂਦਾ ਨਹੀਂ ਸੀ, ਉਹ ਰੋ ਪਈ। ਕਹਿਣ ਲੱਗੀ ਮੇਰੇ ਨਾਲ ਟਿਚਰਾ ਨਾ ਕਰ, ਮਖੌਲ ਨਾ ਕਰ। ਨਹੀਂ ਮਾਤਾ, ਮੈਂ ਮਖੌਲ ਨਹੀਂ ਕਰ ਰਹੀ, ਚਰਨ ਪਕੜ ਲੈ, ਬਾਬਾ ਜੀ ਦੀ ਮਿਹਰ ਹੋਈ ਹੈ, ਉਹਨਾਂ ਨੇ ਤੇਰੀ ਸੇਵਾ ਦੱਸੀ ਹੈ। ਪਿਆਰੀ ਸਾਧ ਸੰਗਤ, ਜਦੋਂ ਮਾਂ ਨੂੰ ਦੁੱਧ ਪਿਆਇਆ ਉਹਦੀ ਆਂਦਰ ਥਰ ਗਈ, ਅਸ਼ੀਸ਼ ਨਿਕਲੀ, ਤੇ ਜਦੋਂ ਮੈਂ ਦੇ ਤਲੇ ਜਾ ਕੇ ਦੁੱਧ ਚੋਣ ਲੱਗੇ, ਮੈਨੇ ਬਾਲਟਾ ਭਰ ਦਿੱਤਾ। ਤਾਂ ਇਸ ਲਈ ਬਾਈ ਅਸਲ ਜੋ ਦਾਤ ਹੈ ਉਹ ਹੈ ਸੱਚ ਦੀ ਭਗਤੀ, ਮਾਤਾ ਪਿਤਾ ਦੀ ਸੇਵਾ, ਦੇਸ਼ ਕੌਮ ਦੀ ਸੇਵਾ, ਗੁਰੂ ਦੀ ਸੇਵਾ। ਇਹ ਪਖੰਡ ਦੀ ਨਿੰਦਿਆ ਮਹਾਰਾਜ ਨੇ ਇਸ ਤਰ੍ਹਾਂ ਕੀਤੀ ਹੈ। ਮਾਥੇ ਤਿਲਕ ਹੱਥ ਮਾਲਾ ਪਾਨਾ, ਲੋਕ ਨਿਰਾਮ ਖਿਲੋਨਾ ਜਾਨਾ। ਮਾਥੇ ਤਿਲਕ ਹੱਥ ਮਾਲਾ ਪਾਨਾ, ਲੋਕ ਨਿਰਾਮ ਖਿਲੋਨਾ ਜਾਨਾ। ਲੋਕ ਨਿਰਾਮ ਖਿਲੋਨਾ ਜਾਨਾ, ਲੋਕ ਨਿਰਾਮ ਖਿਲੋਨਾ ਜਾਨਾ, ਲੋਕ ਨਿਰਾਮ ਖਿਲੋਨਾ ਜਾਨਾ। ਮਾਥੇ ਤਿਲਕ ਹੱਥ ਮਾਲਾ ਪਾਨਾ, ਲੋਕ